ਕੋਈ ਤੁਹਾਨੂੰ ਬੁਰਾ ਕਹਿ ਜਾਏ ਪਾਤਸ਼ਾਹ ਕਹਿੰਦੇ ਨੇ ਬਰਾਬਰੀ ਨਾ ਕਰੀ ਚੁੱਪ ਕਰ ਜਾ ਕਿਉਂਕਿ ਬਰਾਬਰ ਹੋ ਕੇ ਬੰਦਾ ਖੁਸ਼ ਨਹੀਂ ਹੋ ਸਕਦਾ ਬਰਾਬਰ ਕਰਕੇ ਤਾਂ ਕਦੇ ਖੁਸ਼ ਨਹੀਂ ਹੋ ਸਕਦਾ ਜਦੋਂ ਬਰਾਬਰ ਕਰਕੇ ਬਾਦ ਵਿੱਚ ਲੜ ਕੇ ਹਟੋਂਗੇ ਉਹਨੇ ਤੁਹਾਨੂੰ 10 ਗੱਲਾਂ ਕਹੀਆਂ ਤੁਸੀਂ ਉਹਨੂੰ ਕਹਿ ਦੇ ਜਦੋਂ ਬਾਦ ਵਿੱਚ ਹਟੋਂਗੇ ਨਾ ਆਪੋ ਆਪਣੇ ਘਰ ਜਾ ਕੇ ਦੁਖੀ ਹੋ ਜਾਓਗੇ ਕਿਉਂ ਤੋਂ ਨੂੰ ਉਹਦੀਆਂ ਗੱਲਾਂ ਆਉਣਗੀਆਂ ਨੇ ਆ ਵੀ ਕਿਹਾ ਮੈਂ ਆ ਕਹਿਣਾ ਸੀ ਆ ਰਹਿ ਗਈ ਗੱਲ ਇਹ ਵੀ ਕਹਿਣੀ ਸੀ ਜਦੋਂ ਤੈਨੂੰ ਕੋਈ ਮਾੜਾ ਕਵੇ ਤੂੰ ਵਹਿਗੁਰੂ ਕਹਿ ਲਿਆ ਕਰ ਜੇ ਸੱਸ ਨੂੰ ਘਰ ਵਿੱਚ ਬਰਾਬਰ ਕਰ ਰਹੇ ਹੋ ਫਿਰ ਗੱਲ ਬਣੇਗੀ ਨਹੀਂ ਜੇ ਪਤੀ ਪਤਨੀ ਇੱਕ ਦੂਜੇ ਨਾਲ ਬਰਾਬਰ ਕਰ ਰਹੇ ਨੇ ਸਾਥ ਸੰਗਤ ਸੁਖੀ ਨਹੀਂ ਹੋਮੋਗੇ ਸੁਖੀ ਉਹ ਐ ਜਿਹੜਾ ਚੁੱਪ ਕਰਦਾ ਹੁਣ ਹਜ਼ੂਰ ਨੇ ਬਚਨ ਕਹਿ ਸੁਣਿਓ ਜੇ ਖਾਣ ਲੱਗਿਆ ਵਹਿਗੁਰੂ ਨਹੀਂ ਕਿਹਾ ਦਾ ਸਹਿਬ ਨੇ ਕਿਹਾ ਤੇਰੇ ਰੋਗੀ ਹੋਣ ਦੀ ਸੁਭਾਵਨਾ ਵੱਧ ਗਈ ਹੈ ਸ਼ਰੀਰ ਵੀ ਤੇ ਮਨ ਵੀ ਜੇ ਖਾਣ ਲੱਗਿਆਂ ਵਾਹਿਗੁਰੂ ਯਾਦ ਨਹੀਂ ਆਇਆ ਵੇਖਣ ਲੱਗਿਆਂ ਵਾਹਿਗੁਰੂ ਯਾਦ ਨਹੀਂ ਤੇਰੇ ਰੋਗੀ ਹੋਣ ਦੀ ਸੁਭਾਵਨਾ ਵੱਧ ਗਈ ਹੈ ਇਹਨੂੰ ਸਹਿਬ ਬਾਣੀ ਅੰਦਰ ਕਹਿੰਦੇ ਮਿੱਠਾ ਕਰਕੇ ਖਾਇਆ ਕੋੜਾ ਉਪਜਿਆ ਸਾਦ ਬਾਦਸ਼ਾਹ ਨੇ ਬਾਣੀ ਅੰਦਰ ਬਚਨ ਕਹੇ ਜੇ ਤੇ ਰਸ ਸਰੀਰ ਕੇ ਤੇ ਤੇ ਲੱਗੇ ਦੁੱਖ ਜਿੰਨਾ ਰਸ ਮਾਣਨੇ ਨਾ ਆ ਚੀ ਸਵਾਦ ਹੈ ਉਨਾ ਹੀ ਦੁੱਖ ਹੈ ਜਿੰਨਾ ਅੱਖਾਂ ਨਾਲ ਦੁਨੀਆ ਦਾ ਰਸ ਵੇਖਨੇ ਉਹਨਾਂ ਮਨ ਕਰਕੇ ਦੁਖੀ ਹੋਏਗਾ ਜਿੰਨਾ ਨਿੰਦਿਆ ਸੁਣੇਗਾ ਕਰੇਗਾ ਉਹਨਾਂ ਹੀ ਦੁਖੀ ਹੋਏਗਾ ਇੱਕ ਨੁਕਤਾ ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ ਜੇ ਕਮਾ ਲਓ ਕੋਈ ਤੁਹਾਨੂੰ ਬੁਰਾ ਕਹਿ ਜਾਏ ਬਾਦਸ਼ਾਹ ਕਹਿੰਦੇ ਨੇ ਬਰਾਬਰੀ ਨਾ ਕਰੀ ਚੁੱਪ ਕਰ ਜਾਈ ਕਿਉਂਕਿ ਬਰਾਬਰ ਹੋ ਕੇ ਬੰਦਾ ਖੁਸ਼ ਨਹੀਂ ਹੋ ਸਕਦਾ बराबर ਕਰਕੇ ਨਾ ਕਦੇ ਖੁਸ਼ ਨਹੀਂ ਹੋ ਸਕਦੇ ਜਦੋਂ ਬਰਾਬਰ ਕਰਕੇ ਬਾਦ ਵਿੱਚ ਲੜ ਕੇ ਹਟੋਂਗੇ ਉਹਨੇ ਤੁਹਾਨੂੰ 10 ਗੱਲਾਂ ਕਹੀਆਂ ਤੁਸੀਂ ਉਹਨੂੰ ਕਹਿ ਦੇ ਜਦੋਂ ਬਾਦ ਵਿੱਚ ਹਟੋਂਗੇ ਨਾ ਆਪੋ ਆਪਣੇ ਘਰ ਜਾ ਕੇ ਦੁਖੀ ਹੋ ਜਾਓਗੇ ਕਿਉਂ ਤੁਹਾਨੂੰ ਉਹਦੀਆਂ ਗੱਲਾਂ ਆਉਣਗੀਆਂ ਨੇ ਆ ਵੀ ਕਿਹਾ ਮੈਂ ਆ ਕਹਿਣਾ ਸੀ ਆ ਰਹਿ ਗਈ ਗੱਲ ਇਹ ਵੀ ਕਹਿਣੀ ਸੀ ਦੁਖੀ ਹੁੰਦੇ ਰਹੋਗੇ ਬਾਦਸ਼ਾਹ ਕਹਿੰਦੇ ਨੇ ਚੁੱਪ ਕਰ ਜਾ ਤੈਨੂੰ ਕਹਿਣ ਵਾਲਾ ਆਪ ਸੜ ਜਾਏਗਾ ਪਰ ਤੂੰ ਸ਼ਾਂਤ ਰਹੇਗਾ ਜਦੋਂ ਤੈਨੂੰ ਕੋਈ ਮਾੜਾ ਕਹੇ ਤੂੰ ਵਾਹਿਗੁਰੂ ਕਹ ਲੈ ਕਰ ਹੁਣ ਇਹ ਕਿਹਦੇ ਨਾਲ ਘਰ ਪਰਿਵਾਰ ਦੇ ਅੰਦਰ ਕਿਉਂਕਿ ਪਹਿਲਾਂ ਤਾਂ ਘਰ ਸੁਖੀ ਹੋਣਾ ਚਾਹੀਦਾ ਹੈ ਨਾ ਜੇ ਅਹਿਸਾਸ ਨੋ ਘਰ ਵਿੱਚ ਬਰਾਬਰ ਕਰ ਰਹੇ ਹੋ ਫਿਰ ਗੱਲ ਬਣੇਗੀ ਨਹੀਂ ਜੇ ਪਤੀ ਪਤਨੀ ਇੱਕ ਦੂਜੇ ਨਾਲ ਬਰਾਬਰ ਕਰ ਰਹੇ ਨੇ ਸਾਥ ਸੰਗਤ ਸੁਖੀ ਨਹੀਂ ਹੋਮੋਗੇ ਸੁਖੀ ਉਹ ਹੈ ਜਿਹੜਾ ਚੁੱਪ ਕਰਦਾ ਹੈ ਪਾਤਸ਼ਾਹ ਨੇ ਮਾਣੀ ਅੰਦਰ ਬਚਨ ਕਹੇ ਹਜ਼ੂਰ ਬਚਨ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਬੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਉੱਥੇ ਚੁੱਪ ਵਿੱਚ ਸੁੱਖ ਹੈ ਖੈਰ ਪਾਤਸ਼ਾਹ ਬਚਨ ਕਹੇ ਕਹਿੰਦੇ ਭਾਈ ਤੂੰ ਸੁਖੀ ਹੋਣਾ ਚਾਹੁੰਦਾ ਫਿਰ ਪਹਿਲਾਂ ਆਹ ਸਭ ਕੋਈ ਗੁਰੂ ਕੋਲੋਂ ਸਿੱਖ ਕੇ ਤੂੰ ਖਾਣਾ ਕੀ ਹੈ ਤੂੰ ਆਪਣਾ ਖਾਣਾ ਸੁਧਾਰ ਜਿੱਤੇ ਰਸ ਸਰੀਰ ਕੇ ਤਿੱਤੇ ਲੱਗੇ ਦੁੱਖ ਮਹਾਰਾਜ ਅਸੀਂ ਵੇਖ ਕੀ ਰਹੇ ਆਂ ਕਹਿੰਦੇ ਵੇਖਣ ਕਰਕੇ ਦੁਖੀ ਹੋਨੇ ਆਪਣੀ ਖੁਰਾਕ ਦਾ ਸੁਧਾਰ ਆਚਾਰ ਕਮ ਰੋਜ ਕਰਿਆ ਕਰ ਪੜੋ ਸ਼ਲੋਕ ਸ਼ਲੋਕ ਮਹਲਾ 5ਵਾਂ ਮੈਂ ਸੋਖੀ ਬਾਣੀ ਲੈ ਰਿਹਾ ਤੁਸੀ ਨਾਲ ਪੜ ਲਿਓ ਅੰਤਰ ਗੁਰਿਆ ਰਤਨਾ ਜਿੰਨੀ ਵਾਰ ਖਾਣਾ ਉੰਨੀ ਵਾਰ ਵਾਹਿਗੁਰੂ ਕਹਿ ਲਿਆ ਕਰ ਇੰਨਾ ਕ ਕਰ ਲਓਗੇ ਜਿੰਨੀ ਸੰਗਤ ਬੈਠੀ ਐਨਾ ਸੋਖਾ ਨੁਕਤਾ ਇੰਨੀ ਸੋਕੀ ਟਿਪਸ ਮਹਾਰਾਜ ਨੇ ਬਾਣੀ ਅੰਦਰ ਕਹੀ ਓਏ ਜਿੰਨੀ ਵਾਰ ਕੁਝ ਖਾਣਾ ਪੀਣਾ ਵਾਹਿਗੁਰੂ ਕਹਿੰਦਾ ਕਰ ਪਾਣੀ ਪੀਣਾ ਪਹਿਲਾਂ ਵਾਹਿਗੁਰੂ ਕਹਿ ਲਿਆ ਰੋਟੀ ਖਾਣ ਲੱਗਾ ਵਾਹਿਗੁਰੂ ਕਹਿ ਲੈ ਐਨਾ ਕਰ ਲੋਂਗੇ ਐਨਾ ਸੋਖਾ ਕਮ ਅੰਤਰ ਗੁਰਿਆ ਰਦਣਾ ਪੜੋ ਅੰਤਰ ਗੁਰਿਆ ਅੰਤਰ ਗੁਰਿਆ ਰਦਣਾ ਜੇ ਵਾਜ ਜਪ ਗੁਰ ਨੇਤਰੀ ਸਤਗੁਰ ਬਿਖਣਾ ਸ੍ਰਵਣੀ ਸੁਣਨਾ ਗੁਰਨਾ ਇਹਦੇ ਨਾਲ ਕੀ ਹੋਏਗਾ ਸਤਗੁਰ ਸੇਤੀ ਰਤੇ ਆ ਦਰਗਾ ਭਾਈ ਐਠਾ ਰੱਬ ਦੀ ਦਰਗਾਜ ਥਾ ਮਿਲ ਜਾਏਗਾ ਅੱਖਾਂ ਸੰਸਾਰ ਵੇਖਦੀਆਂ ਨੇ ਗੁਰੂ ਨੂੰ ਅੱਖਾਂ ਨਾਲ ਦੇਖਿਆ ਕਰ ਨਿਤਰੀ ਸਤਗੁਰ ਬਿਖਣਾ ਇੱਕ ਨੁਕਤਾ ਹੋਰ ਹੁਣ ਤੁਸੀਂ ਮੱਥਾ ਟੇਕ ਕੇ ਬੈਠੇ ਹੋ ਸੰਸਾਰ ਨੂੰ ਵੇਖਣਾ ਹੋਵੇ ਨਾ ਅੱਖਾਂ ਖੋਲ ਕੇ ਵੇਖੀਦਾ ਇਹਂ ਜੀ ਵੇਖਦੇ ਹੋ ਕੋਈ ਚੀਜ਼ ਪੜਨੀ ਹੋਵੇ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਸੰਸਾਰ ਨੂੰ ਵੇਖਣਾ ਹੋਵੇ ਅੱਖਾਂ ਖੁੱਲ ਕੇ ਤੇ ਜੇ ਕੋਈ ਬੰਦਾ ਕਿਸੇ ਟਕਰਾ ਜਾਏ ਉਹਨੂੰ ਪਹਿਲਾ ਸ਼ਬਦ ਹੀ ਤੁਸੀਂ ਇਹ ਕਹਿੰਦੇ ਹੋ ਨੀਂਦ ਚ ਤੁਰਿਆ ਫਿਰਨਾ ਅੱਖਾਂ ਬੰਦ ਕੀਤੀਆਂ ਨੇ ਅੰਨਾ ਹੋਇਆ ਇਹਦਾ ਮਤਲਬ ਅੱਖਾਂ ਖੋਲ ਕੇ ਸੰਸਾਰ ਨੂੰ ਪੈਂਦਾ ਕਿਸੇ ਨੂੰ ਪਛਾਨਣਾ ਹੋਵੇ ਕਿੰਨੇ ਕਿੰਨੇ ਵਾਰ ਉਹਨੂੰ ਵੇਖਦੇ ਹੋ ਪਰ ਤੁਹਾਡਾ ਤਜਰਬਾ ਰਹਿਣਾ ਇਹਨਾਂ ਅੱਖਾਂ ਨਾਲ ਜਦੋਂ ਆ ਕੇ ਗੁਰੂ ਦੇ ਦਰਸ਼ਨ ਕਰਦੇ ਹੋ ਜਿੱਨੇ ਜਨੇ ਬੈਠਿਓ ਮਨ 'ਚ ਮਹਿਸੂਸ ਕਰਿਓ ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰੋਗੇ ਆਪਈ ਅੱਖਾਂ ਬੰਦ ਹੋ ਜਾਂਦੀਆਂ ਨੇ ਕਰਨੀਆਂ ਨਹੀਂ ਪੈਂਦੀਆਂ ਜਦੋਂ ਗੁਰੂ ਦੇ ਅੱਗੇ ਖਲੋਂਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਉਹ ਗੁਰੂ ਦੇ ਦਰਸ਼ਨ ਕਰਨ ਲੱਗੇ ਆ ਅੱਖਾਂ ਆਪੇ ਬੰਦ ਹੋ ਗਈਆਂ ਕਿਸੇ ਨੂੰ ਵੇਖਣ ਲਈ ਅੱਖਾਂ ਖੋਲ੍ਹਣੀਆਂ ਪੈਣੀਆਂ ਗੁਰੂ ਨੂੰ ਵੇਖਣ ਲੱਗੇ ਅੱਖਾਂ ਬੰਦ ਪਤਾ ਕਿਉਂ ਹੋ ਗਈਆਂ ਇਦਾਂ ਕੋਈ ਰੀਜਨ ਨੇ ਉਹ ਗੁਰੂ ਨੇ ਤੇਰੇ ਅੰਦਰੋਂ ਉਹ ਨਿਤਰਾਂ ਦੇ ਪਿੱਛੇ ਜੋ ਬਿਠਾ ਹੈ ਜਿਹੜਾ ਵੇਖਦਾ ਹੈ ਜਿਹੜੀ ਜੋਤ ਕਹਿੰਦੇ ਪਿੱਛੋਂ ਅੱਖਾਂ ਵੇਖਦੀ ਹੈ ਜਿਹਦੇ ਅੰਦਰ ਉਹ ਵਸਿਆ ਜਦੋਂ ਗੁਰੂ ਦੇ ਦਰਸ਼ਨ ਕੀਤੇ ਅੱਖਾਂ ਇਸ ਲਈ ਬੰਦ ਹੋ ਗਈਆਂ ਭਲਿਆ ਹੁਣ ਤੂੰ ਅੰਮ੍ਰਿਤ ਵੇਖਿਆ ਉਹ ਗੁਰੂ ਦੇ ਅੰਮ੍ਰਿਤ ਵਰਗੇ ਦਰਸ਼ਨ ਕੀਤੇ ਨੇ ਇਹਨਾਂ ਅੱਖਾਂ ਨੂੰ ਬੰਦ ਕਰ ਹੁਣ ਅੰਮ੍ਰਿਤ ਅੰਦਰ ਰਹਿਣ ਦੇ ਕਿਤੇ ਇਹਨਾਂ ਅੱਖਾਂ ਵਿੱਚ ਜ਼ਹਿਰ ਨਾ ਪਾ ਲਈ ਹੁਣ ਗੁਰੂ ਨੂੰ ਵੇਖ ਕੇ ਕਿਸੇ ਮਾੜਾ ਨਾ ਵੇਖ ਜਾਈ ਗੁਰੂ ਦੇ ਦਰਸ਼ਨ ਕਰਕੇ ਹੁਣ ਮਾੜਾ ਨਾ ਵੇਖ ਕੇ ਜਾਈ ਇਹ ਸੰਮ੍ਰਿਤ ਨੂੰ ਟਿਕ ਲੈਣ ਦੇ ਜਿੱਦਣ ਇਹ ਅੰਮ੍ਰਿਤ ਟਿਕਣ ਲੱਗ ਪਿਆ ਉਦਣ ਗੁਰੂ ਨੇ ਕਿਹਾ ਗੁਰਪ੍ਰਸਾਦ ਵਰਤਣ ਲੱਗ ਪੈਣਾ ਫਿਰ ਤੈਨੂੰ ਗੁਰੂ ਆਵਾਜ਼ ਮਾਰ ਕੇ ਕਹੇਗਾ ਇਹ ਤੇਰੇ ਸਾ ਸੰਗਤ ਅੱਖਾਂ ਔਰ ਹਜ਼ੂਰ ਨੇ ਕਿਹਾ ਕੰ ਇਨਾਂ ਨੂੰ ਗੁਰੂ ਆਵਾਜ਼ ਮਾਰ ਕੇ ਫਿਰ ਕਹਿਣ ਲੱਗ ਪੈਂਦਾ ਫਿਰ ਸਹਿਬ ਕਹਿਣਗੇ ਇਹ ਨੇਤਰੋ ਮੇਰੇ ਪੜੋ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨੇ ਵਰ ਨਾ ਦੇਖੋ ਕੋਈ ਨਦਰਿ ਹਰਨੇ ਹੱਲੇ ਆ ਇਹ ਵਿਸ ਸੰਸਾਰ ਤੂੰ ਦੇਖ ਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆ ਗੁਰ ਪ੍ਰਸਾਦੀ ਬੁੱਝਿਆ ਗੁਰ ਪ੍ਰਸਾਦ ਜਦੋਂ ਅੰਮ੍ਰਿਤ ੱਗਿਆ ਫਿਰ ਗੁਰ ਪ੍ਰਸਾਦ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਵਿੱਚ ਅਵਰਨਾ ਕੋਈ ਕਹਿ ਨਾਨਕ ਕਹਿ ਨੇਤਰ ਅੰਧ ਸੇ ਸਤ ਗੁਰ ਮਿਲਿਆ ਦਿਵ ਦ੍ਰਿਸ਼ਟ ਹੋਇ ਗੁਰ ਪ੍ਰਸਾਦ ਵਰਤ ਗਿਆ ਗੁਰ ਪ੍ਰਸਾਦ ਮੀਨੰ ਗੁਰੂ ਦਾ ਥੱਪੜ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਸਮਖਸ਼ ਕਰਾਂ ਪਕੜ ਵਿੱਚ ਰਹ ਗਈ ਇਤਿਹਾਸ ਵਿੱਚ ਇੱਕ ਘਟਨਾ ਘੱਟੀ ਹੈ ਸਭ ਤੋਂ ਪਹਿਲਾਂ ਜੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦਾ ਜਿਹੜਾ ਸਨ 1686 ਵਿੱਚ ਹੋਇਆ ਸਾਸੰਗਤ ਉਸ ਜੁੱਧ ਦਾ ਨਾਮ ਇਤਿਹਾਸ ਵਿੱਚ ਪੰਘਾਣੀ ਦੀ ਜੰਗ ਗੁਰ ਇਤਿਹਾਸ ਵਿੱਚ ਅੱਧੀ ਸਦੀ ਵੱਧ ਦੁਆਰਾ ਜੰਗ ਹੋਈ ਹੈ ਅੱਧੀ ਸਦੀ ਵੱਧ ਦਾ ਭਾਵ ਪਹਿਲਾਂ 1632 ਦੇ ਵਿੱਚ ਤਕਰੀਬਨ